ਮੈਂ ਇਥੇ ਚ ਆਇਆ 0 ਨੰਬਰ ਮਾਣੇ ਕੁੱਟਿਆ ਜੋ ਹੱਥ ਚ ਆਇਆ ਚੱਪਲ ਝਾੜੂ ਜੋ ਆਇਆ ਡਿਗਰੀ ਪੂਰੀ ਕਿਤੇ ਬਿਨਾ ਡ੍ਰੌਪ ਆਊਟ ਗਵਰਨਮੈਂਟ ਜੌਬ ਜੁਆਇਨ ਕਰ ਲਈ ਬਾਹਤ ਨੂੰ ਜਾ ਰਿਹਾ ਸੀ ਦੋਸਤ ਤੇ ਮੈਰਿਜ ਤੋਂ ਤਾਂ ਪਤਾ ਲੱਗਿਆ ਪਾਰਲੀਮੈਂਟਲ ਸਟੈਂਡਿੰਗ ਕਮੇਟੀ ਚ ਰਿਪੋਰਟ ਪ੍ਰੈਜੈਂਟ ਕੀਤੀ ਤੇ 2016 ਤੱਕ ਮੈਂ ਇਸ ਜੋਸ਼ ਦੇ ਪਲੇਟਫਾਰਮ ਦੇ ਥਰੂ ਸਾਰੇ ਸਟੂਡੈਂਟ ਟੀਚਰਸ ਪ੍ਰੋਫੈਸਰ ਇਨਵੈਂਟਰਸ ਦੇ ਸਟਾਰਟਅਪ ਨੂੰ ਮੈਸੇਜ ਦੇਣਾ ਚਾਹੁੰਦਾ ਮੇਰਾ ਜਨਮ ਗੁਰੂ ਗੋਬਿੰਦ ਸਿੰਘ ਜੀ ਦੇ ਪਰਮੰਤਚੋ ਧਰਤੀ ਮੁਕਸਰ ਵਿਖੇ ਹੋਇਆ ਮੁਕਸਰ ਇੰਡੀਆ ਦੇ ਨਕਸ਼ੇ ਤੇ ਆਇਆ Zomato ਕਰਕੇ Zomato ਦੇ ਮਾਲਕ ਦਪਿੰਦਰ ਕੋਇਲ ਜੀ ਉਹਨਾਂ ਨੇ ਇਹ ਪ੍ਰੂਵ ਕੀਤਾ ਵੀ ਛੋਟੇ ਸ਼ਹਿਰਾਂ ਤੋਂ ਵੀ ਲੋਕ ਕਿੰਨੀਆਂ ਉਚਾਈਆਂ ਤੱਕ ਜਾ ਸਕਦੇ ਆ। ਉਹਨਾਂ ਦੀ ਇਹ ਕੰਟਰੀਬਿਊਸ਼ਨ ਕਿ 1 ਲੱਖ ਕਰੋੜ ਦੀ ਕੰਪਨੀ ਬਣਾਤੀ ਤਾਂ ਹੈ। ਉਹਨਾਂ ਦੀ ਵੱਡੀ ਕੰਟਰੀਬਿਊਸ਼ਨ ਇਹ ਹੈ ਹਜ਼ਾਰਾਂ ਬੱਚੇ ਸਾਡੇ ਪੰਜਾਬ ਦੇ ਉਹਨਾਂ ਨੂੰ এমਪਲੋਇਮੈਂਟ ਦਿੱਤੀ। ਜੇ ਇਹਨਾਂ ਹਜ਼ਾਰਾਂ ਬੱਚਿਆਂ ਨੂੰ এমਪਲੋਇਮੈਂਟ ਨਾ ਮਿਲਦੀ ਤਾਂ ਇਹ ਹਜ਼ਾਰਾਂ ਵੀ ਨਸ਼ੇ ਦੇ ਵਿੱਚ ਹੋਮੇ ਡੁੱਬ ਜਾਂਦੇ ਜਿਵੇਂ ਬਾਕੀ ਬੱਚੇ ਡੁੱਬ ਰਹੇ ਆ। ਬਚਪਨ ਚ ਸਕੂਲਿੰਗ ਅੱਡੀ ਇਹ ਵਿੱਚ ਜਿਆਦਾ ਕੁਝ ਯਾਦ ਨਹੀਂ ਪਹਿਲੀ ਤੋਂ ਲੈ ਕੇ ਪੰਜਵੀਂ ਤੱਕ ਕੁਝ ਘਟਨਾਵਾਂ ਯਾਦ ਹੈ ਉਹ ਚ ਇੱਕ ਘਟਨਾ ਹੈ ਕਿ ਮੈਨੂੰ 10 ਪੈਸੇ ਮਿਲਦੇ ਸੀ ਤੇ 10 ਪੈਸੇ ਦੀ ਇੱਕ ਮੱਠੀ ਆਉਂਦੀ ਸੀ ਛੋਲੇ ਪਾ ਕੇ 20 ਪੈਸੇ ਦੀ 20 ਪੈਸੇ ਆਪਣੇ ਕੋਲ ਹੈ ਨਹੀਂ ਸੀ ਮੇਰੇ ਦੋਸਤ ਨੇ ਆਈਡੀਆ ਦਿੱਤਾ ਵਿਤੂ ਟ੍ਰੇਨ ਦਾ ਜਿਹੜਾ ਟਰੈਕ ਆਪਣੇ ਸਕੂਲ ਕੋਲੋਂ ਜਾਂਦਾ ਹੈ ਉੱਥੇ 10 ਪੈਸੇ ਰੱਖਦੇ ਜਦੋਂ ਟ੍ਰੇਨ ਉਹਦੇ ਤੋਂ ਟੱਪੂਗੀ ਰੁਪਈਆ ਬਣ ਜਾਊਗਾ ਮੈਂ ਕਿਹਾ ਤਾਂ ਆਈਡੀਆ ਬਹੁਤ ਵਧੀਆ ਆਪਾਂ ਵੇਟ ਕੀਤੀ 10 ਪੈਸੇ ਰੱਖੇ ਟ੍ਰੇਨ ਉੱਤੇ ਟੱਪ ਗਈ ਜਾ ਕੇ ਦੇਖਿਆ ਸਾਈਜ਼ ਤਾਂ ਵੱਧ ਗਿਆ ਪਰ ਉਹਦੇ ਤੇ ਨੰਬਰ ਕੋਈ ਨਹੀਂ ਸੀ ਪਹਿਲੀ ਵਾਰ ਹੀ ਸਿੱਖਿਆ ਬੇਪੁੱਤਾ ਪੈਸਾ ਬਣਾਇਆ ਨਹੀਂ ਜਾਂਦਾ ਪੈਸਾ ਕਮਾਇਆ ਜਾਂਦਾ ਥੋੜਾ ਜਿਹਾ ਹੋਰ ਅੱਗੇ ਚੱਲ ਲੇ ਜ਼ੀਰੋ ਨੰਬਰ ਆਇਆ ਮੈਥ ਚ ਆਇਆ ਜ਼ੀਰੋ ਨੰਬਰ ਮਾਂ ਨੇ ਕੁੱਟਿਆ ਜੋ ਹੱਥ ਚ ਆਇਆ ਚੱਪਲ ਝਾੜੂ ਜੋ ਆਇਆ ਸਭ ਚਲਿਆ ਮਾਂ ਦੀ ਇੱਛਾ ਸੀ ਮੁੰਡਾ ਕੁਛ ਪੜ ਜਾਏ ਬੜੀ ਹਿੰਮਤ ਵਾਲੀ ਸੀ ਉਹਨੇ ਕੀਤਾ ਸਾਰਾ ਕੁਝ 10ਵੀਂ ਚ ਇੱਕ ਟੀਚਰ ਮਿਲੇ ਸਰਦਾਰ ਨੱਥਾ ਸਿੰਘ ਜੀ ਜਦੋਂ ਕਹਿ ਰਹੇ ਆ ਸਰਦਾਰ ਤਾਂ ਉਹਨਾਂ ਨਾਲ ਮਿਲ ਕੇ ਪਤਾ ਲੱਗਿਆ ਵੀ ਸਰਦਾਰ ਖਾਲਸਾ ਕੀ ਚੀਜ਼ ਹੁੰਦੀ ਹੈ ਖਾਲਿਸ ਸੱਚ ਸਿਰਫ ਬੋਲਣ ਵਾਲਾ ਨਹੀਂ ਦਿਖਾਉਣ ਵਾਲਾ ਵੀ ਉਹਨਾਂ ਨੇ ਸੱਚ ਦਿਖਾਇਆ ਸਾਇੰਸ ਪੜਾਈ ਪਰ ਸੱਚ ਦਿਖਾਇਆ 150 'ਚ 150 100% ਨੰਬਰ ਤਾਂ ਆਏ ਬਟ ਮਸ ਨ타 ਸਿੰਘ ਜੀ ਨੇ ਇੱਕ ਗਦੇ ਨਕੋੜਾ ਬਣਾਤਾ ਇੱਕ ਟੀਚਰ ਕੀ ਕਰ ਸਕਦਾ ਹੈ ਕਿਵੇਂ ਕਿਸੇ ਦੀ ਜ਼ਿੰਦਗੀ ਬਦਲ ਸਕਦਾ ਹੈ ਇਹ ਇੱਕ ਐਗਜ਼ਾਮਪਲ ਹੈ ਪੰਜਾਬ ਜੀ ਨੇ ਕੋਲੇ ਚੰਡੀਗੜ੍ਹ ਪਹੁੰਚੇ ਇਲੈਕਟ੍ਰੀਕਲ ਬ੍ਰਾਂਚ ਤੇ ਮਸ਼ੀਨਾਂ ਨਾਲ ਪਿਆਰ ਮਸ਼ੀਨ ਕੰਮ ਕਿਵੇਂ ਕਰਦੀ ਹੈ ਉਹਦੇ ਅੰਦਰ ਕੀ ਹੈ ਸਾਰਾ ਕੁਝ ਡਿਗਰੀ ਦੇ ਐਂਡ ਚ ਇੱਕ ਟੈਸਟ ਹੁੰਦਾ ਗੇਟ ਦਾ ਉੱਥੇ ਐਸ ਦਿੱਤਾ ਪੰਜਾਬ ਚ ਪਹਿਲੀ ਪੋਜੀਸ਼ਨ ਆ। ਆਈਟੀ ਦਿੱਲੀ ਪਹੁੰਚੇ ਬਹੁਤ ਨਾਮ ਸੁਣਿਆ ਸੀ ਆਈਟੀ ਆਈਟੀ ਬੱਚਾ ਬੱਚਾ ਕਹਿੰਦਾ ਆਈਟੀ ਆਈਟੀ। ਦੇਖੀ ਜਾ ਕੇ ਕੀ ਚੀਜ਼ ਆ। ਉੱਥੇ ਇਨਫਰਾਸਟ੍ਰਕਚਰ ਬਹੁਤ ਸਾਰਾ ਕੁਝ ਬਹੁਤ ਵਧੀਆ। ਸਭ ਤੋਂ ਵਧੀਆ ਇੱਕ ਟੀਚਰ ਮਿਲੇ। ਫਿਰ ਡਾਕਟਰ ਐਸ ਪੀ ਸਬਰਵਾਲ। ਉਹਨਾਂ ਨੇ ਦੱਸਿਆ ਕਿ ਆਈਟੀ ਜਦੋਂ ਬਣਿਆ ਉਸ ਤੋਂ ਪਹਿਲੇ ਲਿਖਿਆ ਕੀ ਆ। ਪਾਰਲੀਮੈਂਟਸ ਕੀ ਕਿਹਾ ਗਿਆ? ਪਾਰਲੀਮੈਂਟਸ ਇਹ ਕਿਹਾ ਗਿਆ। ਕਿ ਅਸੀਂ ਰਿਸਰਚ ਤੇ ਇਨੋਵੇਸ਼ਨ ਕਰਨੀ ਹੈ ਇਨਵੈਂਸ਼ਨਸ ਕਰਨੀ ਹੈ ਗੱਲ ਸਮਝ ਆ ਗਈ ਡਿਗਰੀ ਪੂਰੀ ਕਿਤੇ ਬਿਨਾ ਡ੍ਰੌਪ ਆਊਟ ਗਵਰਨਮੈਂਟ ਜੌਬ ਜੁਆਇਨ ਕਰ ਲਈ ਗੱਲ ਅੱਜ ਹੈ ਇਸ ਜੋਸ਼ ਦੇ ਮਾਧਿਅਮ ਤੋਂ ਕਿ ਪ੍ਰੋਬਲਮਸ ਨੂੰ ਤੁਸੀਂ ਆਈਡੀਆ ਤੇ ਆਈਡੀਆ ਤੋਂ ਪ੍ਰੋਡਕਟ ਚ ਕਿਵੇਂ ਬਦਲਣਾ ਹੈ ਰਾਤ ਨੂੰ ਜਾ ਰਿਹਾ ਸੀ ਦੋਸਤ ਤੇ ਮੈਰਿਜ ਤੋਂ ਤਾਂ ਪਤਾ ਲੱਗਿਆ ਕਿ ਡਰਾਈਵਰ ਨੂੰ ਅੱਗੇ ਸਭ ਤੋਂ ਜ਼ਿਆਦਾ ਜਿਹੜੀ ਚੀਜ਼ ਤੰਗ ਕਰ ਰਹੀ ਹੈ ਡਰਾਈਵਿੰਗ 'ਚ ਉਹ ਹੈਗੀ ਹੈ ਲਾਈਟ ਜਿਹਨੂੰ ਕਹਿੰਦੇ ਕਿ ਹਾਈ ਬੀਮ ਕਹਿ ਦਿੰਦੇ ਆਪਾਂ ਵੱਡੀ ਲਾਈਟ ਕਹਿ ਦਿੰਦੇ ਆ ਪੰਜਾਬੀ 'ਚ ਉਹ ਮੈਂ ਉਹਨੂੰ ਪੁੱਛਿਆ ਡਰਾਈਵਰ ਨੂੰ ਮੈਂ ਕਿਹਾ ਮੈਨੂੰ ਤਾਂ ਨਜ਼ਰ ਕੁਝ ਨਹੀਂ ਆ ਰਿਹਾ ਤੂੰ ਕਿਵੇਂ ਚਲਾ ਰਿਹਾ ਹੈ ਕਹਿੰਦਾ ਜੀ ਰੱਬ ਦੇ ਹਸਾਰੇ ਤਾਂ ਮੈਨੂੰ ਲੱਗਿਆ ਕਿ ਇਹ ਪ੍ਰੋਬਲਮ ਦੇਖੇ ਕਿੱਡੀ ਹੈ ਜਦੋਂ ਪਤਾ ਕੀਤਾ ਤਾਂ 44% ਐਕਸੀਡੈਂਟ ਰਾਤ ਦੇ ਹੈਡਲਾਈਟ ਗਲियर ਨਾਲ ਹੁੰਦੇ ਆ ਜਿਹੜੇ ਲੋਕ ਅੰਨੇ ਹੋ ਜਾਂਦੇ ਉਹਨਾਂ ਦਾ ਪਤਾ ਹੀ ਨਹੀਂ ਉਹ ਅਣਗਿਣਤ ਹੈ ਕੰਮ ਕਰਨਾ ਸ਼ੁਰੂ ਕੀਤਾ ਤਿੰਨ ਸਟੂਡੈਂਟਸ ਅਸ਼ੀਸ਼ ਗਲੋਤਰਾ ਐਮਪੀ ਤੇ ਵਿਕਰਮ ਸ਼ਰਮਾ ਉਹਨਾਂ ਨਾਲ ਮਿਲ ਕੇ ਪ੍ਰੋਜੈਕਟ ਸ਼ੁਰੂ ਕੀਤਾ ਆਟੋ ਡਿਪਰ ਮਤਲਬ ਜਦੋਂ ਲਾਈਟਾਂ ਸਾਹਮਣੇ ਤੋਂ ਪੈਣਗੀਆਂ ਗੱਡੀ ਦੀਆਂ ਲਾਈਟਾਂ ਆਪਣੇ ਆਪ ਹਾਈ ਤੋਂ ਲੋ ਬੀਮ ਹੋ ਜਾਣਗੀਆਂ ਐਨ ਆ ਡੀ ਸੀ ਨਾਲ ਮਿਲ ਕੇ ਪੇਟੈਂਟ ਲਿਆ ਪਾਰਲੀਮੈਂਟ ਸਟੈਂਡਿੰਗ ਕਮੇਟੀ ਚ ਰਿਪੋਰਟ ਪੇਰਜ਼ੈਂਟ ਕੀਤੀ ਤੇ 2016 ਤੱਕ ਸ ਆਈਡੀਆ ਨੂੰ ਪਪੂਲਰ ਕਰਤਾ ਅੱਜ ਜਿਹੜੀਆਂ ਤੁਸੀਂ ਗੱਡੀਆਂ ਦੇਖਦੇ ਹੋ ਜਿਹਦੇ ਚ ਕਹਿੰਦੇ ਆ ਕਿ ਆਪਣੇ ਆਪ ਲਾਈਟ ਹਾਈ ਤੋਂ ਲੋ ਹੋ ਜਾਂਦੀ ਹੈ ਉਸ ਇਨਕਲਾਬ ਨੂੰ ਲਿਆਉਣ ਚ ਅਸੀਂ 20 ਸਾਲ ਲਗਾਏ ਕਈ ਵਾਰੀ ਬੰਦਾ ਪੁੱਛਦਾ ਹੈ ਵੀ ਭਾਈ ਤੈਨੂੰ ਕੀ ਮਿਲਿਆ ਡੀਏਵੀ ਤੋਂ ਸਬਸਿਡਾਈਜ਼ਡ ਐਜੂਕੇਸ਼ਨ ਮਿਲੀ ਪੰਜਾਬ ਇੰਜੀਨੀਅਰ ਕੋਲੇਜ ਤੋਂ ਸਬਸਿਡਾਈਜ਼ਡ ਐਜੂਕੇਸ਼ਨ ਮਿਲੀ ਆਈਆਈਟੀ ਦਿੱਲੀ ਤੋਂ ਸਕਾਲਰਸ਼ਿਪ ਮਿਲਿਆ ਇਹ ਸਾਰਾ ਕੁਝ ਮੇਰਾ ਨਹੀਂ ਹੈ ਇਹ ਮੈਨੂੰ ਮਿਲਿਆ ਐਸ ਕੰਟਰੀ ਤੋਂ ਭਾਰਤ ਦੇਸ਼ ਤੋਂ ਮਿਲਿਆ ਤੇ ਮੈਂ ਦਿੱਤਾ ਕਿ ਅਗਲਾ ਕੁਐਸਚਨ ਆਊਗਾ ਉਹ ਮੇਰੀ ਡਿਊਟੀ ਹੈ ਫੰਡਮੈਂਟਲ ਡਿਊਟੀ ਹੈ ਆਰਟੀਕਲ 51 A ਆਫ ਕਨਸਟੀਟਿਊਸ਼ਨ ਕਿ ਮੈਂ ਸੈਂਟੀਫਿਕ ਟੈਂਪਰਾਮੈਂਟ ਇਨਕੁਆਰੀ ਤੇ ਨਾਲ ਰਿਫਾਰਮ ਲੈ ਕੇ ਆਣੇ ਮੈਂ ਜੋ ਕੀਤਾ ਉਹ ਮੇਰੀ ਡਿਊਟੀ ਹੈ ਸੇਨਸ ਇਤਰਾ ਮਿਨੋਵੇਸ਼ਨ ਲੈਬ ਦੇ ਨਾਮ ਤੇ ਇੱਕ ਸਟਾਰਟਅਪ ਬਣਾਇਆ ਕਿਉਂਕਿ ਹੁਣ ਪੇਟੈਂਟ ਗ੍ਰਾਂਟ 2 ਸਾਲ ਚੋਂ ਲੱਗ ਗਿਆ ਜਿਹੜਾ ਪਹਿਲਾਂ 11 ਸਾਲ ਚੋਂ ਹੁੰਦਾ ਸੀ ਹੁਣ 2 ਸਾਲ ਚੋਂ ਲੱਗ ਗਿਆ ਫਿਰ ਇੱਕ ਪ੍ਰੋਬਲਮ ਫੇਸ ਕੀਤੀ ਬੈਂਗਲੌਰ ਗਿਆ ਤਾਂ ਇੱਕ ਡਰਾਈਵਰ ਨਾਲ ਗੱਲ ਹੋਈ ਮੈਂ ਕਿਹਾ ਵੀਰੇ ਕਿੰਨੇ ਪੈਸੇ ਕਮਾ ਲੈਂਦੇ ਹੋ ਉਹ ਕਹਿੰਦਾ 25000 ਪਹਿਲਾਂ ਮਜਦਾ ਸੀ ਹੁਣ 15-20000 ਪੈਦਾ ਹੈ ਬਹੁਤ ਤੰਗੀ ਹੈ ਸਾਹਮਣੇ ਆਂਦਾ ਵੀ ਆਪਦੀ ਕਾਰ ਦੀ EMI ਪੇ ਕਰਾਂ ਕਿ ਜਵਾਕ ਨੂੰ ਵੜਾਵਾਂ ਕਹਿੰਦਾ ਮੈਂ ਸੋਚ ਰਿਹਾ ਆ ਤੇ ਜਵਾਕ ਨੂੰ ਕਨਵੈਂਟ ਸਕੂਲ ਤੋਂ ਕਢਾ ਕੇ ਸਰਕਾਰੀ ਚ ਪਾਦਾ ਮੈਂ ਕਿਹਾ ਪ੍ਰੋਬਲਮ ਤਾਂ ਹੈ ਫਿਰ ਆ ਕੇ ਐਨਲਾਈਜ਼ ਕੀਤਾ ਕਿ ਅਗਰ ਆਪਾਂ ਇਹਨੂੰ ਇਹ ਸਿਖਾ ਦਈਏ ਵੀ ਕਾਰ ਕਿਵੇਂ ਚਲਾਣੀ ਹੈ 100 ਦੀ ਸਪੀਡ ਤੇ 5 ਰੁਪਏ ਦਾ ਖਰਚਾ 80 ਦੀ ਸਪੀਡ ਤੇ 4 ਰੁਪਏ ਦਾ ਖਰਚਾ ਸਾਰੀਆਂ ਕਾਰਾਂ ਵਾਸਤੇ 1200 ਕਾਰਾਂ ਵਾਸਤੇ ਇਹ ਸਾਰਾ ਕੀਤਾ USH ਅਮਰੀਕਾ ਚ ਇਹਦਾ ਪੇਟੈਂਟ ਲਿਆ ਤੇ ਐਪ ਬਣਾਈ ਫਿਊਲ ABC 6 ਲੱਖ ਯੂਜ਼ਰ ਇਹ ਯੂਜ਼ ਕਰਕੇ এনवायरमेंट ਤੇ ਆਪਦੇ ਪੈਸੇ ਬਚਾਉਂਦੇ ਆ ਦਿੱਲੀ ਵਾਲਿਆਂ ਨੂੰ ਪਜਾਦਾ ਪਤਾ ਹੈ ਬੇ ਖਰਾਬ ਹਵਾ ਦਾ ਕੀ ਮਤਲਬ ਹੈ ਕਿਉਂਕਿ ਉਹਨਾਂ ਦੇ ਲੰਗਸ ਦੇ ਐਕਸਰੇ ਦੇਖ ਕੇ ਡਾਕਟਰ ਨੂੰ ਇਹ ਲੱਗਦਾ ਵੀ ਜਿਵੇਂ ਹਾਰਰ ਫਿਲਮ ਦੇਖ ਰਿਹਾ ਹੋਵੇ ਕਮਿਸ਼ਨ ਫਾਰ 에ਅਰ ਕੁਆਲਿਟੀ ਮੈਨੇਜਮੈਂਟ ਨੇ ਐਡ ਦਿੱਤੀ ਅਖਬਾਰ ਚ ਸੁਪਰੀਮ ਕੋਰਟ ਦੇ ਕਹਿੰਦੇ ਬੀ ਸਾਰੇ ਕੰਟਰੀ ਚ ਜਿਹਦੇ ਕੋਲ ਵੀ ਵਧੀਆ ਆਈਡੀਆ ਟੈਕਨੋਲੋਜੀ ਹੈ 에ਅਰ ਕੁਆਲਿਟੀ ਇੰਪਰੂਵ ਕਰਨ ਤੇ ਆ ਜੇ 120 ਟੈਕਨੋਲੋਜੀਸ ਆਈਆਂ ਉਹ ਚੋਂ 8 ਸ਼ਾਰਟਲਿਸਟ ਹੋਈਆਂ ਅਸੀਂ ਨੰਬਰ 3 ਤੇ ਸੀ ਵੱਡੀ ਗੱਲ ਇਹ ਨਹੀਂ ਹੈਗੀ ਵੱਡੀ ਗੱਲ ਹੈ ਬੱਚਿਆਂ ਬਜ਼ੁਰਗਾਂ ਤੇ ਹਰ ਬੱਚੇ ਨੂੰ ਬਚਾਉਣ ਵਾਸਤੇ ਅਸੀਂ ਆਫਰ ਕੀ ਕੀਤੀ ਅਸੀਂ ਆਫਰ ਕੀਤੀ ਕੋਈ ਵੀ ਸਟੇਟ ਚਾਹੇ ਪੰਜਾਬ ਹੈ ਹਰਿਆਣਾ ਹੈ ਨਾ ਲੱਗਦੇ ਹੋਰ ਸਟੇਟ ਹੈ ਦਿੱਲੀ कोई भी स्टेट अगर चाहे तो असं एक रुपए टेक्नोलॉजी देवे एक रुपए मैं इस जोश के प्लेटफॉर्म के थ्रू सारे स्टूडेंट टीचरस प्रोफेसर इनवेंटर्स स्टार्टअपू मैसेज देना चाहना है कि इनवेंशन करो मेड इन इंडिया मेड फॉर द वर्ल्ड ਸਾਰੇ ਦੁਨੀਆ ਵਾਸਤੇ ਬਣਾਵਾਂਗੇ ਤੇ ਆ ਡਿਵੈਲਪਿੰਗ ਅ ਨੇਸ਼ਨ ਦਾ ਕਲੰਕ ਮਿਟਾ ਦਾਂਗੇ ਡਿਵੈਲਪਡ ਨੇਸ਼ਨ ਵਿਕਸਿਤ ਭਾਰਤ ਦਾ ਟਿੱਲਕਾ ਭਾਰਤ ਮਾ ਤੇ ਲਾਵਾਂਗੇ ਗਰਮ ਨਾਲ ਸਿਰ ਚੱਕਾਂਗੇ ਤਰੰਗੇ ਨਾਲ ਨਜ਼ਰ ਮਿਲਾਵਾਂਗੇ ਤੇ ਇਹ ਗੀਤ ਗਾਵਾਂਗੇ सारे जहां से अच्छा हिंदुस्तान हमारा हम बुल हैं इसकी ये, ये टॉक देखकर हमने एक कदम बढ़ाया है जीत की ओर इसी तरह अब कदम बढ़ाते हैं बहुत सारी सेविंग्स की ओर और।, और पाते हैं कैशबैक अपने हर ऑनलाइन ऑर्डर पे आप फ्लिपकार्ट मिंत्रा एमेजोन नाइका जैसी वेबसाइट पर तो खर्चा करते ही होंगे कैश करो ऐप पे आपको इन सभी वेबसाइट पर और अन्य 1500 ब्रांड्स पर 50% तक का कैशबैक मिलता है हमें बस कैश करो ऐप पे जाना है वहां से फ्लिपकार्ट या अन्य कोई भी ब्रांड सिलेक्ट करना है हमें हर बार की तरह ही शॉपिंग करनी है लेकिन इस बार मिलेगा कैश ये कैशबैक आपके हर शॉपिंग पे मिलेगा और वो कैशबैक होगा सभी ऑफर्स डिस्काउंट सेल्स या स्पेशल ऑफर्स के डिस्काउंटेड अमाउंट के ऊपर ऑर्डर प्लेस करने के बाद ये सारा कैश बैक आपके कैश करो वॉलेट में ऐड हो जाएगा जो कंफर्मेशन पे आप बहुत आसानी से अपने अमेजॉन पे फ्लिपकार्ट गिफ्ट कार्ड या बैंक अकाउंट में भी सीधा ट्रांसफर कर सकते हैं तो ये आदत डाल लो पहले कैश करो पे आओ यहां से किसी भी साइट पर जाओ और अनलिमिटेड सेविंग्स पाओ तो कैश करो ऐश करो क्लिक ऑन द लिंक इन डिस्क्रिप्शन एंड डाउनलोड कैश करो ऐप नाउ